ਬੇਬੇ ਤਾਂ ਉਹ ਬੈਠੀ ਆ ਬਾਹਰੀ। ਸਤਿ ਸ਼੍ਰੀ ਅਕਾਲ ਬੇਬੇ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਸੀ? ਹਾਂ ਹਾਂ ਠੀਕ ਆ ਬੇਬੇ, ਤੂੰ ਸੁਣਾ, ਠੀਕ ਆ? ਹਾਂ ਹਾਂ ਪੁੱਤ, ਮੈਂ ਤਾਂ ਠੀਕ ਆ। ਬੇਬੇ ਪਰਸੋਂ ਆਉਣਾ ਸੀ ਪਹਿਲਾਂ, ਫੇਰ ਬੇਬੇ ਨੂੰ ਬੁਖਾਰ ਚੜ ਗਿਆ, ਫਿਰ ਉਹ ਢਿੱਲੀ ਸੀਗੀ। ਮੈਂ ਕਿਹਾ ਫਿਰ ਕਿੱਥੇ, ਜੇ ਹੁਣ ਉਹ ਵਿਚਾਰੀ ਆਪਦਾ ਆਪ ਸਾਂਭੂਗੀ ਕਿ ਘਰੇ ਸਾਂਭੂਗੀ, ਹਨਾ? ਫਿਰ ਮੈਂ ਕੈਂਸਲ ਕਰਤਾ। ਸਹੀ ਗੱਲ ਆ ਪੁੱਤ। ਹਾਂ ਚੱਲ ਵਧੀਆ ਹੋਇਆ, ਦੇ ਤਾਂ ਤੂੰ ਆ ਗਈ ਅੱਜ, ਹੋਰ ਫਿਰ ਔਖਾ ਹੋ ਜਾਣਾ ਸੀ ਘਰੇ ਵੀ। ਹਾਂ ਹਾਂ ਇਹ ਤਾਂ ਹੈਗਾ ਪੁੱਤ, ਫਿਰ ਪਰਾਉਣੇ ਨੂੰ ਸਾਂਭਦਾ ਕਿਹੜਾ। ਹਾਂ ਬੇਬੇ ਤੋਂ ਫਿਰ ਕਿੱਥੇ ਸਾਂਭ ਹੋਣਾ ਸੀ ਵਿਚਾਰੀ। ਹਾਂ ਇਹ ਤਾਂ ਹੈਗਾ ਪੁੱਤ, ਚੱਲ ਵਧੀਆ ਕੀਤਾ ਜਿਹੜਾ। ਅੱਜ ਉਹ ਠੀਕ ਸੀਗੀ ਫਿਰ ਕੁਛ ਕੁ। ਅੱਛਾ, ਕਹਿੰਦੀ ਚੱਲ ਤੂੰ ਅੱਜ ਜਾਇਆ। ਹਾਂ ਠੀਕ ਆ ਪੁੱਤ, ਇਹ ਤਾਂ ਗੱਲ ਵਧੀਆ। ਮੈਂ ਕਿਹਾ ਚੱਲ ਜਾ ਹੀ ਆਵਾਂ। ਹਾਂ ਬੇਬੇ ਨੂੰ ਮਿਲ ਹੀ ਆਵਾਂ। ਚੱਲ ਬਹੁਤ ਵਧੀਆ ਕੀਤਾ ਜਿਹੜਾ ਤੂੰ ਆ ਗਈ। ਹਾਂਜੀ ਹਾਂ। ਹੋਰ ਕੁੜੇ, ਪਾਲੇ ਦਾ ਹਾਲ ਚਾਲ ਸਹੀ ਸੀਗਾ? ਹਾਂ ਬੇਬੇ ਫਰਕ ਆ ਹੁਣ, ਉਹ ਤਾਂ ਤੈਨੂੰ ਪਤਾ ਹੀ ਆ, ਹੌਲੀ ਹੌਲੀ ਫਰਕ ਪੈਣਾ। ਡਾਕਟਰਾਂ ਨੇ ਕਿਹਾ ਸੀ ਵੀ 2 ਸਾਲ ਹਜੇ ਹੋਰ ਲੱਗ ਜਾਣੇ ਆ, ਹੌਲੀ ਹੌਲੀ ਆਰਾਮ ਆਊਗਾ। ਇਹ ਤਾਂ ਗੱਲ ਹੈ ਪੁੱਤ, ਬਸ ਕਿਹੜੀ ਕਲੈਣੀ ਘੜੀ ਸੀ ਜਿਹਦੇ ਵਿੱਚ ਵਿਚਾਰੇ ਦੇ ਐਡੀ ਸੱਟ ਲੱਗ ਗਈ ਹੈ। ਬਸ ਬੇਬੇ ਉਸੇ ਦੇ ਰੰਗ ਆ ਸਾਰੇ, ਪਤਾ ਨੀ ਮੈਂ ਪਿਛਲੇ ਕਰਮਾਂ ਚ ਕਿਹੜਾ ਮਾੜਾ ਕਰਮ ਕੀਤਾ ਸੀ ਜਿਹੜਾ ਮੇਰੇ ਮੂਹਰੇ ਆ ਗਿਆ, ਪਤਾ ਨੀ ਰੱਬ ਦਾ ਕੀ ਦੇਣਾ ਮੈਂ। ਉਹੀ ਤਾਂ ਗੱਲ ਹੈਗੀ ਆ ਪੁੱਤ, ਵਿਚਾਰਾ ਕਿੱਥੇ ਚੰਗਾ ਭਲਾ ਖੇਤ ਨੂੰ ਚੱਲਿਆ ਸੀ, ਪਤਾ ਨੀ ਕਿਹੜਾ ਟਾਈਮ ਸੀ ਜਿਹੜਾ ਢਹਿ ਜਾਣਾ, ਕੋਈ ਕਾਰ ਵਾਲਾ ਫੇਟ ਮਾਰ ਗਿਆ ਵਿਚਾਰੇ ਦੀ, ਏਡੀ ਸੱਟ ਲੱਗ ਗਈ ਵਿਚਾਰੇ ਦੇ ਕਰਮਾਂ ਚ ਹੀ ਕਸ਼ਟ ਭੋਗਣਾ ਲਿਖਿਆ ਸੀ। ਚੱਲ ਕੋਈ ਨਾ ਪੁੱਤ ਠੀਕ ਹੋ ਜਾਊਗਾ। ਚੱਲ ਕੋਈ ਨਾ ਪੁੱਤ, ਜਾਨ ਤਾਂ ਬਚ ਗਈ, ਵਿਚਾਰੇ ਦੇ ਪਤਾ ਨੀ ਕਿਹੜਾ ਕਸ਼ਟ ਇਹਦੇ ਪੈਣਾ ਸੀ, ਸਰੀਰ ਚ ਕੀ ਨੁਕਸ ਪੈ ਗਿਆ ਵਿਚਾਰੇ ਦੇ ਮੰਜੇ ਤੇ ਪੈ ਗਿਆ। ਤੁਸੀਂ ਹੋਰ ਡਾਕਟਰਾਂ ਡੁਕਟਰਾਂ ਦੇ ਲੈ ਜਾਂਦੇ ਹੁੰਦੇ ਹੋ? ਹਾਂ ਹਾਂ ਬੇਬੇ, ਡਾਕਟਰ ਦੇ ਤਾਂ ਲੈ ਕੇ ਜਾਂਦੇ ਹਾਂ। ਡਾਕਟਰ ਕਹਿੰਦੇ ਜਿੱਥੇ ਇੰਨਾ ਫਰਕ ਪੈ ਗਿਆ 2 ਸਾਲਾਂ ਚ ਹੋਰ ਫਰਕ ਪੈ ਜਾਣਾ, ਪਰ ਉਹ ਕਹਿੰਦੇ ਭਾਰੀ ਚੀਜ਼ ਨੀ ਚੱਕਣੀ ਚੁੱਕਣੀ, ਕੋਈ ਭਾਰਾ ਕੰਮ ਨੀ ਕਰਨਾ ਗਾ। ਲੈ ਪੁੱਤ, ਖੇਤਾਂ ਦੇ ਤਾਂ ਜੱਟਾਂ ਦੇ ਕੰਮ ਹੁੰਦੇ ਨੇ, ਵਾਹ ਵਾਹ ਦਾ। ਹਾਂ ਤੇ ਬੇਚਾਰਾ ਕੀ ਕਰੂ, ਹਨਾ? ਉਹੀ ਤਾਂ ਗੱਲ। ਬਸ ਬੇਬੇ ਕੰਮ ਕੁੰਮ ਕਾਹਦਾ ਕਰਨਾ ਹੁਣ, ਜ਼ਮੀਨ ਤਾਂ ਸਾਰੀ ਵਿਕ ਗਈ ਇਹਨਾਂ ਦੇ ਇਲਾਜ ਕਰਾਉਣ ਵਿੱਚ, ਹੁਣ ਤਾਂ ਘਰ ਦਾ ਜਿਹੜਾ ਮਾੜਾ ਮੋਟਾ ਚਾਲ ਲਾਉਨੀ ਆ ਮੈਂ, ਬਸ ਕੱਪੜੇ ਕੁੱਪੜੇ ਸਿਉਂ ਕੇ ਤੋਰੀ ਫੁਲਕਾ ਹੀ ਚੱਲਦਾ ਵਾ। ਬਸ ਬੇਬੇ ਆ ਮੇਰੀ ਵਿਚਾਰੀ ਜਿਹੜੇ ਮਾੜਾ ਮੋਟਾ ਸਾਥ ਦੇਈ ਜਾਂਦੀ ਆ ਨਾਲ। ਉਹ ਤਾਂ ਹੈ ਬੇਉਤ, ਥੋੜੇ ਤੇ ਤਾਂ ਬਾਹਲਾ ਮਾੜਾ ਸਮਾਂ ਆ ਗਿਆ, ਬਾਹਲੀ ਗਰੀਬੀ ਆ ਗਈ ਪੁੱਤ, ਤਾਂ ਬਾਹਲਾ ਹੀ ਮਾੜਾ ਸਮਾਂ ਆ ਗਿਆ ਤੁਹਾਡੇ ਤੇ, ਸੋਚਿਆ ਨੀ ਸੀ ਵੀ ਆਹ ਵੀ ਸਮਾਂ ਆਜੂ। ਬਸ ਬੇਬੇ ਹੁੰਦਾ ਤਾਂ ਉਹੀ ਆ ਜਿਹੜਾ ਬੰਦੇ ਨੇ ਕਦੇ ਸੋਚਿਆ ਨਾ ਹੋਵੇ। ਚੱਲ ਫਿਰ ਕਦੋਂ ਘੁੰਮਦੀ ਆ ਪਾਲੀ, ਮੈਂ ਤਾਂ ਆਪ ਮੁੜਨਾ ਫਿਰ। ਪੁੱਤ ਮੇਰੀ ਤਾਂ ਫੋਨ ਤੇ ਗੱਲ ਹੋਈ ਸੀ, ਮੈਨੂੰ ਤਾਂ ਕਹਿੰਦੀ ਸੀ ਮੈਂ ਤੋਰਨ ਲੱਗੀ ਆ, ਪਰ ਆਉਣਾ ਤਾਂ ਚਾਹੀਦਾ ਸੀ, ਹਜੇ ਆਈ ਨੀ। ਚੱਲ ਕੋਈ ਨਾ, ਆਜੂ ਤੂੰ ਬਹਿ ਜਾ ਥੋੜਾ ਟਾਈਮ। ਹਾਂ ਕੋਈ ਨਾ। ਬੇਬੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਚੱਲ ਵਧੀਆ ਤੂੰ ਵੀ ਆ ਗਈ, ਇਸ ਤਾਂ ਤੈਨੂੰ ਕਦੋਂ ਦੀਆਂ ਡਿੱਕੀ ਜਾਨੀਆਂ ਵਾ। ਓਹ ਬੇਬੇ ਮੈਂ ਕੀ ਕਰਦੀ, ਬਸ ਹੀ ਬਾਹਲੀ ਲੇਟ ਆਈ। ਲੈ ਆਪਣੀ ਜੱਸੀ ਵੀ ਆਈ ਹੋਈ ਆ, ਲੈ ਇਹਦੇ ਭੈਣ ਵੀ ਆਈ ਹੋਈ ਆ, ਚੱਲ ਆ ਜਾ ਆ ਜਾ। ਭੈਣੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਠੀਕ ਹੋ? ਹਾਂ ਹਾਂ ਵਧੀਆ, ਤੂੰ ਸੁਣਾ ਪਾਲੀ ਤੇਰਾ ਕੀ ਹਾਲ ਆ? ਹਾਂ ਹਾਂ ਪੂਰੀ ਵਧੀਆ ਮੈਂ ਵੀ। ਅੱਛਾ ਅੱਛਾ। ਹਾਂ 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 ਪੁੱਤ ਬਹਿ ਜਾਓ ਹੁਣ ਤੁਸੀਂ ਵੀ,
ਮਾਰ ਲੋ ਦੋਨੇ ਭੈਣੇ ਗੱਲਾਂ। ਹੋਰ ਭੈਣੇ ਤੂੰ ਤਾਂ ਵਧੀਆ ਆ ਗਈ ਨਾ। ਹਾਂ ਮੈਂ ਤਾਂ ਅਚਾਨਕ ਹੀ ਆਈ ਸੀਗੀ, ਮੈਨੂੰ ਤਾਂ ਬੇਬੇ ਨੇ ਆਈ ਨੂੰ ਦੱਸਿਆ ਵੀ ਪਾਲੀ ਵੀ ਆਉਂਦੀ ਆ। ਹਾਂ ਹਾਂ ਠੀਕ ਆ ਠੀਕ ਆ। ਹੋਰ ਸੁਣਾ ਪਾਲੀ, ਠੀਕ ਠਾਕ ਸੀ ਸਾਰੇ ਉੱਥੇ? ਹਾਂ ਭੈਣੇ ਸਾਰੇ ਠੀਕ ਠਾਕ ਸੀ, ਤੁਸੀਂ ਦੱਸੋ ਸਾਰੇ ਠੀਕ ਸੀ ਉੱਥੇ? ਹਾਂ ਬਸ ਠੀਕ ਹੀ ਆ ਪਾਲੀ, ਜਿਵੇਂ ਰੱਬ ਰੱਖੇ ਉਵੇਂ ਰਹਿਣਾ ਹੀ ਪੈਣਾ। ਚੱਲ ਕੋਈ ਨਾ ਭੈਣੇ, ਤੂੰ ਉਦਾਸ ਨਾ ਹੋ, ਪਰਮਾਤਮਾ ਜ਼ਰੂਰ ਕਿਰਪਾ ਕਰੂਗਾ। ਇਹ ਤਾਂ ਗੱਲ ਹੈ ਪੁੱਤ। ਚੱਲ ਤੁਸੀਂ ਦੋਨੇ ਭੈਣਾਂ ਗੱਲਾਂ ਮਾਰੋ, ਮੈਂ ਪਾਣੀ ਲਿਆਵਾਂ ਪੁੱਤ। ਆ ਲੈ ਪੁੱਤ 1000 ਰੁਪਇਆ। ਨਾ ਬੇਬੇ ਤੂੰ ਰਹਿਣ ਦਿੰਦੀ। ਉਹ ਚੱਲ ਕੋਈ ਨਾ ਪੁੱਤ, ਰੱਖ ਲਾ ਤੂੰ, ਕੰਮ ਆਉਂਦੇ ਹੁੰਦੇ ਰੱਖ ਲਾ ਤੂੰ, ਕੁਛ ਨੀ ਹੁੰਦਾ। ਤੇ ਤੂੰ ਇੱਥੇ ਬੈਠ ਤੇ ਮੈਂ ਉਹ ਲਿਆਵਾਂ ਦੇਖ ਕੇ। ਸੱਚ ਮੇਰੇ ਤਾਂ ਕੱਪੜੇ ਰੱਖਣ ਵਾਲੇ, ਪੁੱਤ ਮੈਂ ਆਉਂਦੀ ਹਾਂ। ਚੰਗਾ ਚੱਲ ਠੀਕ ਆ, ਕੋਈ ਨਾ ਰੱਖ ਲਾ ਰੱਖ ਲਾ। ਹੈ ਭੈਣੇ? ਹਾਂ ਮੈਂ ਤਾਂ ਕਹਿ ਕੇ ਆਈ ਸੀ, ਮੈਂ ਤਾਂ ਆਥਣੇ ਮੁੜੇ ਆਉਣਾ ਘਰਦਿਆਂ ਨੂੰ, ਹੁਣ ਜਾਣਾ ਪੈਣਾ, ਨਹੀਂ ਤਾਂ ਰਹਿ ਹੀ ਪੈਂਦੀ ਆਪਾਂ ਦੋਨੇ ਜਾਣੀ। ਆਪਾਂ ਕਿੰਨੀਆਂ ਗੱਲਾਂ ਮਾਰਨੀਆਂ ਸੀ ਨਾ, ਪਰ ਸਰ ਸੱਚ ਤੇ ਰਵੀ ਨੀ ਸਰਦਾ। ਹੋਰ ਮੇਰਾ ਕਿੱਥੇ ਸਰਦਾ, ਮੈਨੂੰ ਤਾਂ ਆਪ ਜਾਣਾ ਪੈਣਾ ਮੁੜ ਕੇ। ਚੱਲ ਕੋਈ ਨਾ, ਆਪਾਂ ਫੇਰ ਆਵਾਂਗੇ ਇਕੱਠੀਆਂ, ਫੇਰ ਰਹਿ ਕੇ ਜਾਵਾਂਗੇ। ਹਾਂ ਹਾਂ ਹੁਣ ਆਪਾਂ ਚੱਲੀਏ, ਹੋਰ ਨਾ ਬੱਸ ਨਿਕਲ ਜਾਵੇ, ਹੋਰ ਕਵੇਲਾ ਹੋ ਜਾਣਾ ਫਿਰ ਜਾਂਦੀਆਂ ਨੂੰ ਵੀ। ਚੱਲ ਆਪਾਂ ਤਾਂ ਚੱਲੀਏ। ਪਾਲੀ ਬੇਬੇ ਨੂੰ ਵੀ ਆਵਾਜ਼ ਮਾਰ ਲਾ। ਹਾਂ ਹਾਂ ਬੇਬੇ ਆ ਜਾਓ, ਅਸੀਂ ਤਾਂ ਚੱਲੀ ਆ, ਆਥਣ ਹੋਇਆ ਪਿਆ, ਸਾਡੀ ਬੱਸ ਨਾ ਲੰਘ ਜੇ। ਬੱਸ ਆ ਗਈ ਪਤਾ ਨਹੀਂ। ਚੱਲ ਚੰਗਾ ਬੇਬੇ ਫਿਰ ਚੱਲਦੇ ਆ ਟਾਈਮ ਨਾਲ। ਨਾ ਤੁਸੀਂ ਅੱਜ ਰਾਤ ਰਹਿੰਦੀ ਆ? ਨਾ ਕਿੱਥੇ ਬੇਬੇ, ਸਰਦਾ ਨਹੀਂ ਫਿਰ ਘਰੇ ਔਖਾ ਵਾ। ਫੇਰ ਕੋਈ ਨਾ ਪੁੱਤ, ਫੇਰ ਆ ਜਾਓ। ਹਾਂ ਫੇਰ ਆਵਾਂਗੇ, ਫੇਰ ਆਵਾਂਗੇ ਬੇਬੇ। ਚੱਲ ਠੀਕ ਆ ਧੀਏ, ਤੂੰ ਛੇਤੀ ਛੇਤੀ ਚੱਲੀਏ, ਬੱਸ ਨਿਕਲ ਜਾਣੀ ਆ, ਤੇਰੀ ਵੀ ਨਿਕਲ ਜਾਣੀ, ਮੇਰੀ ਵੀ ਨਿਕਲ ਜਾਣੀ। ਚੱਲਦੀ ਆ ਫਿਰ। ਚੰਗਾ ਬੇਬੇ ਚੱਲਦੇ ਆ। ਕੋਈ ਨਾ ਕੋਈ ਨਾ ਆ ਜਾ ਭੈਣੇ। ਚੱਲ ਦੇਖ ਲੈ ਭੈਣੇ, ਬੇਬੇ ਨੇ ਕਦੇ ਆਪਾਂ ਨੂੰ ਖਾਲੀ ਹੱਥ ਨਹੀਂ ਮੋੜਿਆ, ਹਮੇਸ਼ਾ ਕੁਛ ਨਾ ਕੁਛ ਦੇ ਕੇ ਤੋਰਦੀ ਆ। ਬੇਬੇ ਨੇ ਮੈਨੂੰ ਧੱਕੇ ਨਾਲ ਹੀ 2000 ਰੁਪਇਆ ਹੱਥ ਚ ਫੜਾ ਤਾ। 2000? ਮੈਨੂੰ ਤਾਂ ਬੇਬੇ ਨੇ 1000 ਰੁਪਇਆ ਕਿੱਥੇ। ਲੈ ਭੈਣੇ ਆ ਜਾ, ਹੁਣ ਤੂੰ ਕੀ ਸੋਚੀ ਜਾਣੀ, ਆਪਣੀ ਬੱਸ ਲੰਘ ਜਾਣੀ ਆ। ਹਾਂ ਚੱਲ ਚੱਲ ਆ ਜਾ, ਹੁਣ ਪਤਾ ਨੀ ਕੀ ਸੋਚਦੀ ਆ। ਚੱਲ ਛੇਤੀ ਛੇਤੀ ਚੱਲੀਏ, ਹੋਰ ਨਾ ਗਾਲਾਂ ਹੀ ਪੈਣਗੀਆਂ ਘਰੋਂ ਆਪਣੇ। ਚੱਲ ਵਧੀਆ ਕੀਤਾ ਜੱਸੀ ਤੂੰ ਮੇਰੇ ਕੋਲੇ ਆ ਗਈ। ਹੋਰ ਮੈਂ ਤਾਂ ਦਵਾਈ ਲੈਣ ਆਈ ਸੀ ਸ਼ਹਿਰ, ਮੈਨੂੰ ਫਿਰ ਸੀਗਾ ਮੈਂ ਕਿਹਾ ਚੱਲ ਕੋਲੇ ਤਾਂ ਆਈ ਹੈ, ਤੈਨੂੰ ਮਿਲਦੀ ਹੋਈ ਜਾਵਾਂ, ਮੈਂ ਕਿਹਾ ਮੈਂ ਚੱਲ ਮਿਲ ਹੀ ਆਉਂਦੀ ਜਾ ਕੇ। ਅੱਛਾ ਅੱਛਾ ਬੇਬੇ ਕੋਲ ਨੀ ਮਾਰਿਆ ਤੂੰ ਗੇੜਾ ਫਿਰ? ਹਾਂ ਗਈ ਸੀ, 14-15 ਦਿਨ ਹੋ ਗਏ। ਅੱਛਾ ਮੈਂ ਤਾਂ 6-7 ਦਿਨ ਪਹਿਲਾਂ ਜਾ ਕੇ ਆਈ ਆ, ਅਸੀਂ ਦੋਨੋਂ ਜਾਣੇ ਗਏ ਸੀਗੇ। ਇਹਨਾਂ ਨੂੰ ਨਾਲ ਦੇ ਪਿੰਡ ਵਿੱਚ ਕੰਮ ਸੀਗਾ, ਇੱਕ ਬੇਬੇ ਬਾਲਾ ਜ਼ੋਰ ਪਾਈ ਜਾਂਦੀ ਸੀ ਮੇਰੇ ਕੋਲੇ ਆਓ ਛੇਤੀ ਆਓ ਛੇਤੀ ਆਓ, ਤਾਂ ਕਰਕੇ ਅਸੀਂ 2 ਘੰਟੇ ਬਹਿ ਕੇ ਫਿਰ ਆ ਗਏ ਸੀਗੇ। ਚੱਲ ਵਧੀਆ ਕੀਤਾ ਜਾਏ ਆਈ, ਬੇਬੇ ਫਿਰ ਕੱਲੀ ਕਰਕੇ ਬਾਲਾ ਕਰਦੀ ਆ, ਉਧਰ ਜੇ ਜਾਂਦੀ ਆ ਨਾ। ਚੱਲ ਵਧੀਆ ਮਾਰਿਆ ਗੇੜਾ ਤੋਂ। ਹਾਂ ਹਾਂ ਉਹ ਜ਼ੋਰ ਤਾਂ ਵੀ ਪਾਉਂਦੀ ਸੀ ਬੇਬੇ ਨੇ, ਮੈਨੂੰ ਮੇਰੇ ਲਈ ਆ ਦੇਖ ਕਿੰਨੀ ਸੋਹਣੀ ਛਾਪ ਬਣਵਾਈ ਆ ਦੇਖ।
ਕਿੰਨੀ ਸੋਹਣੀ ਛਾਪ ਬਣਵਾਈ ਆ। ਉਹ ਇਸ ਕਰਕੇ ਵੀ ਕਹਿੰਦੀ ਸੀ ਵੀ ਤੂੰ ਇੱਥੇ ਆ ਕੇ ਇਹਨੂੰ ਲੈ ਜਾ। ਸੋਹਣੀ ਆ ਨਾ ਭੈਣੇ? ਹਾਂ ਹਾਂ ਸੋਹਣੀ ਆ, ਬਹੁਤ ਸੋਹਣੀ ਆ। ਹਾਂ ਬੇਬੇ ਬਾਹਲਾ ਜ਼ੋਰ ਪਾਉਂਦੀ ਸੀ, ਮੈਂ ਕਿਹਾ ਚੱਲ ਕੋਈ ਨਾ ਬੇਬੇ ਨੇ ਮੇਰੇ ਲਈ ਬਣਵਾਈ ਆ ਤਾਂ ਫਿਰ ਮੈਂ ਲੈ ਹੀ ਜਾਂਦੀ ਹਾਂ। ਕੀ ਗੱਲ ਹੋ ਗਈ ਭੈਣੇ, ਕੀ ਸੋਚਣ ਲੱਗ ਗਈ ਤੂੰ? ਨਹੀਂ ਨਹੀਂ ਕੁਛ ਨਹੀਂ। ਭੈਣੇ ਕੱਲ ਮੇਰੀ ਨਨਾਣ ਆਈ ਸੀ, ਉਹਨੂੰ ਵੀ ਦਿਖਾਈ, ਉਹ ਤਾਂ ਦੇਖ ਕੇ ਹੈਰਾਨ ਹੀ ਰਹਿ ਗਈ। ਉਹ ਕਹਿੰਦੀ ਇੱਡਾ ਸੋਹਣਾ ਡਿਜ਼ਾਇਨ। ਮੈਂ ਕਿਹਾ ਹੋਰ ਕੀ, ਮੇਰੀ ਬੇਬੇ ਨੇ ਬਣਵਾ ਕੇ ਦਿੱਤੀ ਆ, ਸੋਹਣੀ ਤਾਂ ਕਿਉਂ ਨਹੀਂ ਹੋਣੀ, ਪੂਰੀ ਤੋਲੇ ਦੀ ਆ, ਤੋਲੇ ਦੀ ਲੱਗਦੀ ਆ, ਤੋਲੇ ਦੀ ਤਾਂ। ਚੱਲ ਭੈਣੇ ਤੂੰ ਬੈਠ, ਮੈਂ ਚਾਹ ਬਣਾ ਕੇ ਲਿਆਉਣੀ ਆ। ਚੰਗਾ ਹੈ, ਬੇਬੇ ਨੇ ਮੇਰੇ ਨਾਲ ਵਿਤਕਰਾ ਕਾਹਤੋਂ ਕੀਤਾ? ਹੈਲੋ, ਹਾਂ ਹਾਂ ਪਾਲੀ, ਹਾਂ ਪੁੱਤ ਠੀਕ ਆ। ਅੱਛਾ ਅੱਜ ਤੂੰ ਆ ਰਹੀ ਆ, ਚੱਲ ਕੋਈ ਨਾ ਆ ਜਾ ਪੁੱਤ, ਪਰ ਇੱਕ ਗੱਲ ਸੁਣ ਲਾ, ਐਤਕੀ ਤੈਨੂੰ ਮੈਂ ਰਾਤ ਰਹਿ ਬਿਨਾਂ ਨਹੀਂ ਮੋੜ ਦੇਣਾ ਇੱਥੋਂ। ਹਾਂ ਬਸ ਠੀਕ ਆ ਠੀਕ ਆ, ਆ ਜਾ ਜੱਸੀ ਨੂੰ। ਹਾਂ ਹਾਂ ਪੁੱਛ ਲਾ ਪੁੱਤ, ਉਹਨੂੰ ਵੀ ਪੁੱਛ ਲਾ, ਹਾਂ ਦੋਨੇ ਭੈਣੇ ਆ ਜਾਓ। ਹਾਂ ਉਹ ਵੀ ਅੱਜ ਚੱਲ ਸੱਸ ਨੂੰ ਪੁੱਛ ਲੂਗੀ। ਹਾਂ ਕੋਈ ਗੱਲ ਨੀ, ਕਰ ਲਾ ਫੋਨ ਉਹਨੂੰ, ਉਹ ਵੀ ਪੁੱਛ ਲੂ ਆਪਦੀ ਸੱਸ ਤੋਂ। ਚੱਲ ਵਧੀਆ ਹੋ ਜੂ, ਦੋਨੇ ਜਾਣੀਆਂ ਰਾਤ ਰਹਿ ਜਾਊਂਗੀਆਂ ਮੇਰੇ ਕੋਲ। ਠੀਕ ਆ ਠੀਕ ਆ, ਆ ਜਾ ਪੁੱਤ ਆ ਜਾ, ਅੱਜ ਤਾਂ ਮੇਰੀਆਂ ਕੁੜੀਆਂ ਆਉਂਦੀਆਂ ਨੇ। ਵਧੀਆ ਕੀਤਾ ਭੈਣੇ ਤੂੰ ਵੀ ਆ ਗਈ। ਹੋਰ ਮੈਂ ਕਿਹਾ ਚੱਲ ਮਿਲ ਆਵਾ ਬਹਾਨੇ ਨਾਲ। ਹੋਰ ਕੀ ਪੁੱਤ, ਵਧੀਆ ਜੱਸੀ ਦੀ ਵੀ ਸੱਸ ਮੰਨ ਗਈ, ਕਹਿੰਦੀ ਤੂੰ ਰਾਤ ਲਾਇਆ। ਹੋਰ ਕੀ ਬੇਬੇ, ਅਸੀਂ ਸਾਨੂੰ ਤਾਂ ਰਹੀਆਂ ਨੂੰ ਵੀ ਬਹੁਤ ਟਾਈਮ ਹੋ ਗਿਆ, ਅਸੀਂ ਕਾਫੀ ਟਾਈਮ ਬਾਅਦ ਰਹਿਣ ਆਈਆਂ ਰਾਤ। ਹਾਂ ਇਹ ਤਾਂ ਗੱਲ ਹੈਗੀ ਆ ਪੁੱਤ, ਤੁਸੀਂ ਦਿਨੇ ਤਾਂ ਆ ਜਾਂਦੀ ਹੋ ਪਰ ਜਿਹੜੀ ਭੱਜੂ ਭੱਜੂ ਕਰਦੀਆਂ ਰਹਿੰਦੀਆਂ ਮੁੜ ਕੇ। ਫਿਰ ਦੱਸ ਬੇਬੇ ਕੀ ਕਰੀਏ, ਬੱਸਾਂ ਦਾ ਟਾਈਮ ਹੋ ਜਾਂਦਾ, ਫਿਰ ਬੱਸਾਂ ਦੇ ਟਾਈਮ ਤਾਂ ਸਾਨੂੰ ਜਾਣਾ ਹੀ ਪੈਂਦਾ ਵਾ, ਹੁਣ ਤਾਂ ਅਸੀਂ ਆਰਾਮ ਨਾਲ ਕੱਲ ਨੂੰ ਜਾਵਾਂਗੀਆਂ। ਚੱਲ ਵਧੀਆ, ਆਹੋ ਚੱਲ ਜੱਸੀ ਵੀ ਆਈ ਹੋਈ ਹੈ ਨਾ, ਦੋਨਿਆਂ ਨੇ ਗੱਲਾਂ ਗੁੱਲਾਂ ਮਾਰ ਲਿਓ। ਹੋਰ ਕੀ ਬੇਬੇ, ਪਾਲੀ ਠੀਕ ਹੀ ਕਹਿੰਦੀ ਆ, ਬੱਸਾਂ ਤੇ ਆਉਣਾ ਜਾਣਾ ਕਿਤੇ ਸੌਖਾ ਪਿਆ ਵਾ, ਬੱਸਾਂ ਦਾ ਕਿਹੜਾ ਕੋਈ ਪੱਕਾ ਟਾਈਮ ਆ, ਕਦੇ ਕੋਈ ਆਉਂਦੀ ਆ ਕਦੇ ਆਉਂਦੀ ਨੀ ਗੀ, ਮੈਸ ਹੁੰਦੀ ਆ ਕਈ ਵਾਰ ਬੱਸਾਂ, ਫਿਰ ਉੱਥੇ ਖੜਨਾ ਪੈਂਦਾ ਵਾ। ਹੋਰ ਕੀ ਭੈਣੇ ਤੂੰ ਵਧੀਆ, ਤੇਰੀ ਸੱਸ ਨੇ ਤੈਨੂੰ ਭੇਜਤਾ, ਹੁਣ ਆਪਾਂ ਰਾਤ ਰਵਾਂਗੀਆਂ ਦੋਨੇ ਭੈਣਾਂ ਤੇ ਨਾਲੇ ਗੱਲਾਂ ਮਾਰਾਂਗੀਆਂ। ਹੋਰ ਗੱਲਾਂ, ਕੋਈ ਇੰਨਾ ਟਾਈਮ ਬਾਅਦ ਤੱਕ ਮਸਾਂ ਇਕੱਠੀਆਂ ਹੋਈਆਂ ਵਾ ਆਪਾਂ, ਹੋਰ ਕੀ ਕਿੱਥੇ ਨਿਕਲ ਹੁੰਦਾ ਘਰਾਂ ਚੋਂ। ਸਹੀ ਗੱਲ ਆ, ਕਬੀਲਦਾਰੀਆਂ ਪੈ ਜਾਂਦੀਆਂ। ਸਹੀ ਗੱਲ, ਪੁੱਤ ਸਬਰ ਕਾ ਤਾਂ ਪੂਰਾ ਸਬਰ ਕਰੂੰਗੀ, ਫੇਰ ਹੀ ਆ, ਅਜੇ ਬਸ ਮੈਂ ਦਿਖਾਉਣੀ ਆ। ਆਲੇ ਪਾਲੀ ਆ ਤੇਰਾ ਸੂਟ ਆ, ਇਹ ਤੂੰ ਰੱਖ ਲੈ ਹੈਂ, ਤੇ ਆ ਜੱਸੀ ਤੇਰਾ ਸੂਟ ਆ। ਸੋਹਣੇ ਆ ਨਾ ਪੁੱਤ ਸੂਟ,
ਹਾਂ ਹਾਂ ਬੇਬੇ ਬਹੁਤ ਸੋਹਣਾ ਸੂਟ ਆ, ਮੈਨੂੰ ਤਾਂ ਬਾਲਾ ਹੀ ਪਸੰਦ ਆਇਆ। ਹਨਾ ਜੱਸੀ ਕਿੰਨਾ ਸੋਹਣਾ ਸੂਟ ਆ ਨਾ। ਮੈਨੂੰ ਇਹ ਤਾਂ ਪਤਾ ਸੀ ਮੈਂ ਤੇਰੀ ਗਰੀਬ ਧੀ ਹੋਣ ਕਰਕੇ ਤੂੰ ਮੇਰੇ ਨਾਲ ਵਿਤਕਰਾ ਕਰਦੀ ਆ, ਪਰ ਤੂੰ ਕਮ ਸੇ ਕਮ ਪਾਲੀ ਦੇ ਸਾਹਮਣੇ ਮੈਨੂੰ ਜਲੀਲ ਤਾਂ ਨਾ ਕਰ। ਵਿਤਕਰਾ? ਮੈਂ ਕਿਹੜੇ ਨਾਲ ਵਿਤਕਰਾ ਕਰਤਾ ਤੇਰੇ ਨਾਲ? ਗਰੀਬ ਆ ਤਾਂ ਕਰਕੇ, ਮੈਂ ਬਹੁਤ ਟਾਈਮ ਦੀ ਦੇਖਦੀ ਹੁੰਦੀ ਬੇਬੇ ਤੇਰੇ ਵੱਲ, ਤੂੰ ਮੇਰੀ ਗਰੀਬੀ ਕਰਕੇ ਮੇਰੇ ਨਾਲ ਵਿਤਕਰਾ ਹੀ ਕਰਦੀ ਰਹਿੰਦੀ ਆ। ਜੇ ਉਹਨੂੰ 2000 ਦਿੰਦੀ ਆ ਤਾਂ ਮੈਨੂੰ 1000 ਰੁਪਇਆ ਦੇ ਕੇ ਤੂੰ ਤੋਰ ਦਿੰਦੀ ਆ, ਉਹਨੂੰ ਤੂੰ ਸੋਨੇ ਦੀ ਛਾਪ ਵੀ ਕਰਾਤੀ ਪੂਰੇ ਤੋਲੇ ਦੀ। ਚੱਲ ਕੋਈ ਨਾ ਪੁੱਤ, ਫਿਰ ਕੀ ਹੋਗਾ ਜੇ ਇਹਨੂੰ ਮੈਂ ਛਾਪ ਕਰਾਤੀ ਤਾਂ? ਜੱਸੀ ਭੈਣੇ ਤੈਨੂੰ ਬਹੁਤ ਵੱਡੀ ਗਲਤ ਫਹਿਮੀ ਹੋਈ ਆ, ਬੇਬੇ ਨੇ ਕੋਈ ਵਿਤਕਰਾ ਨਹੀਂ ਕੀਤਾ ਤੇਰੇ ਨਾਲ। ਜੇ ਵਿਤਕਰੇ ਦੀ ਗੱਲ ਕਰਦੀ ਆ ਨਾ, ਮੈਂ ਕਹਿ ਸਕਦੀ ਹਾਂ ਵੀ ਬੇਬੇ ਨੇ ਮੇਰੇ ਨਾਲ ਵਿਤਕਰਾ ਕੀਤਾ ਵਾ। ਬੇਬੇ ਨੇ ਜਿਹੜੀ 2-2.5 ਕਿੱਲੇ ਜ਼ਮੀਨ ਸੀ ਨਾ ਆਪਦੇ ਨਾਂ ਤੇ, ਉਹਦੀ ਵਸੀਅਤ ਤੇਰੇ ਨਾਂ ਤੇ ਕਰਵਾਈ ਆ। ਹੈਂ? ਬੇਬੇ ਨੇ 2-2.5 ਕਿੱਲੇ ਜ਼ਮੀਨ ਮੇਰੇ ਨਾਲ ਕਰਾਤੀ? ਭੈਣੇ ਤੇਰੇ ਨਾਂ ਤੇ, ਇਸ ਕਰਕੇ ਤੂੰ ਨਹੀਂ ਕਹਿ ਸਕਦੀ ਬੇਬੇ ਵਿਤਕਰਾ ਕਰਦੀ ਆ। ਮੈਂ ਕਹਿ ਸਕਦੀ ਹਾਂ ਪਰ ਮੈਂ ਕਹਿਣਾ ਨਹੀਂ, ਮੈਨੂੰ ਪਤਾ ਬੇਬੇ ਮੈਨੂੰ ਕਿੰਨਾ ਪਿਆਰ ਕਰਦੀ ਆ। ਬੇਬੇ ਨੇ ਤੇਰੇ ਘਰ ਦੇ ਹਾਲਾਤ ਦੇਖ ਕੇ ਕਿ ਭੈਣੇ, ਤਾਂ ਹੀ ਤਾਂ ਬੇਬੇ ਨੇ ਇਹ ਫੈਸਲਾ ਲਿਆ ਵੀ ਜਿਹੜੇ ਬੇਬੇ ਦੇ ਕੋਲੇ 2.5 ਕਿੱਲੇ ਜ਼ਮੀਨ ਦੇ ਸੀ ਨਾ, ਉਹਨੇ ਤੇਰੇ ਨਾਂ ਤੇ ਕਰਤੀ। ਹੈਂ? ਮੇਰੇ ਨਾਂ ਵਸੀਅਤ? ਬੇਬੇ ਮੈਂ ਤਾਂ ਤੈਨੂੰ ਇੰਨੇ ਟਾਈਮ ਦੀ ਇੰਨਾ ਗਲਤ ਸਮਝੀ ਗਈ, ਤੂੰ ਮੇਰੇ ਬਾਰੇ ਇੰਨਾ ਸੋਚਦੀ ਆ। ਪੁੱਤ ਜਿਹਦੀ ਧੀ ਦੁਖੀ ਹੋਵੇ ਨਾ, ਉਹ ਮਾਂ ਕਿਵੇਂ ਸੁਖੀ ਰਹਿ ਸਕਦੀ? ਤੇ ਮੈਂ ਤਾਂ ਪੁੱਤ ਤੈਨੂੰ ਆਪਦਾ ਸੁਖੀ ਦੇਖਣਾ ਚਾਹੁੰਦੀ ਹਾਂ, ਤਾਂ ਹੀ ਮੈਂ ਸਾਰੀ ਕਰੋੜਾਂ ਦੀ ਜ਼ਮੀਨ ਤੇਰੇ ਨਾਂ ਤੇ ਲਾਤੀ। ਮੈਨੂੰ ਇਹ ਸੀ ਵੀ ਤੁਹਾਡੇ ਜਵਾਕਾਂ ਦਾ ਪਾਲਣ ਪੋਸ਼ਣ ਵਧੀਆ ਕਰ ਸਕੇ। ਨਾਲੇ ਪੁੱਤ ਇੱਕ ਗੱਲ ਯਾਦ ਰੱਖੀ, ਮੈਂ ਤਾਂ ਕਰਕੇ ਉਹਨੂੰ ਇੰਨੀਆਂ ਚੀਜ਼ਾਂ ਦੇਣੀ ਆ, ਕੱਲ ਨੂੰ ਇਹਦੇ ਦਿਮਾਗ 'ਚ ਇਹ ਨਾ ਆਵੇ ਵੀ ਬੇਬੇ ਨੇ ਜੱਸੀ ਨੂੰ ਸਾਰੀ ਜ਼ਮੀਨ ਦੇ ਦਿੱਤੀ। ਮੈਂ ਤਾਂ ਕਰਕੇ ਪੁੱਤ ਇਹਨੂੰ ਥੋੜ੍ਹੀਆਂ ਜਿਹੀ ਚੀਜ਼ਾਂ ਮਹਿੰਗੀਆਂ ਲੈ ਕੇ ਦੇ ਦਿੰਦੀ ਹਾਂ। ਪੁੱਤ ਇੱਕ ਗੱਲ ਮੇਰੀ ਯਾਦ ਰੱਖੀ, ਮੋਹ ਪਿਆਰ ਤੇ ਤਿਆਗ ਦਾ ਦੂਜਾ ਨਾਂ ਮਾਂ ਹੁੰਦੀ ਆ। ਮਾਂ ਸ਼ਬਦ ਨੂੰ ਕਦੇ ਸ਼ੱਕ ਦੀ ਨਿਗਾਹ ਨਾਲ ਨਹੀਂ ਵੇਖਣਾ। ਨਹੀਂ ਵੇਖਦੀ ਬੇਬੇ, ਕਦੇ ਨਹੀਂ ਵੇਖਦੀ ਬੇਬੇ ਮੈਂ। ਠੀਕ ਆ ਪੁੱਤ।